ਤਾਂ ਮੋਹਾਲੀ 'ਚ ਬੇਹੱਦ ਵੱਡਾ ਕਾਂਡ ਹੋਇਆ ਏ। 10 ਗੋਲੀਆਂ ਚੱਲੀਆਂ ਨੇ ਇੱਕ ਮਾਰਕੀਟ ਦੇ ਵਿੱਚ। ਜੀ ਹਾਂ, ਵੱਡਾ ਕਾਂਡ ਹੋਇਆ ਏ ਜਿਮ ਦੇ ਬਾਹਰ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿਮ ਦੇ ਬਾਹਰ ਦੀਆਂ, ਜਿੱਥੇ ਦੋ ਧਿਰਾਂ ਆਪਸ ਦੇ ਵਿੱਚ ਲੜ ਪਈਆਂ, ਵਿੱਚ ਕੁਝ ਕੁੜੀਆਂ ਵੀ ਮੌਜੂਦ ਨੇ। ਤਾਂ ਐਕਸਕਲੂਸਿਵ ਸੀਸੀਟੀਵੀ ਤਸਵੀਰਾਂ ਤੁਹਾਨੂੰ ਨਿਊਜ਼ 18 ਤੇ ਦਿਖਾ ਰਹੇ ਹਾਂ। ਤਾਂ ਦੱਸ ਦਈਏ ਕਿ ਦੋ ਨੌਜਵਾਨ ਜਿਹੜੇ ਕਿ 2017 ਦੇ ਵਿੱਚ ਇੱਕੋ ਸਕੂਲ 'ਚ ਪੜ੍ਹਦੇ ਸੀ, ਦੋਹਾਂ ਦੀ ਸਕੂਲ ਤੋਂ ਲੈ ਕੇ ਹੁਣ ਤੱਕ ਦੁਸ਼ਮਣੀ ਚੱਲੀ ਆ ਰਹੀ ਸੀ। ਅੱਜ 7 ਸਾਲਾਂ ਬਾਅਦ 2024 ਦੇ ਵਿੱਚ ਇਹਨਾਂ ਨੇ ਘਿੜ ਕੱਢੀ ਇੱਕ ਦੂਜੇ ਦੇ ਨਾਲ, ਗੋਲੀਆਂ ਚਲਾਈਆਂ ਨੇ। ਹਾਲਾਂਕਿ ਗੋਲੀ ਲੱਗੀ ਨਹੀਂ ਹੈ ਕਿਸੇ ਦੇ, ਪਰ ਫਿਰ ਵੀ ਬੇਹੱਦ ਵੱਡਾ ਕਾਂਡ ਹੋ ਗਿਆ ਇਹ। ਪੁਲਿਸ ਪਹੁੰਚ ਗਈ ਮੌਕੇ 'ਤੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਹਾਲੀ ਜ਼ਿਲ੍ਹੇ ਦੇ ਬਲੌਂਗੀ ਏਰੀਆ ਦੀਆਂ, ਜਿੱਥੇ ਦੇਰ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਪਸ ਦੇ ਵਿੱਚ ਦੋ ਗੁੱਟ ਲੜ ਪਏ ਨੇ। ਗੱਡੀਆਂ ਦੇ ਵਿੱਚ ਭਰ ਕੇ 8 ਤੋਂ 10 ਨੌਜਵਾਨ ਆਉਂਦੇ ਨੇ, 8 ਤੋਂ 10 ਗੋਲੀਆਂ ਚਲਾਈਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ। ਹਾਲਾਂਕਿ ਗੋਲੀ ਕਿਸੇ ਦੇ ਵੱਜੀ ਨਹੀਂ ਹੈ, ਪਰ ਫਿਰ ਵੀ ਗੋਲੀਆਂ ਚਲਾਈਆਂ ਗਈਆਂ ਨੇ। ਮੌਕੇ 'ਤੇ ਸਿਕਿਉਰਿਟੀ ਗਾਰਡ ਵੀ ਤੁਹਾਨੂੰ ਦਿਖ ਰਹੇ ਹੋਣਗੇ, ਸਿਕਿਉਰਿਟੀ ਗਾਰਡ ਵੀ ਮੌਜੂਦ ਸੀ। ਸਿਕਿਉਰਿਟੀ ਗਾਰਡਾਂ ਦੇ ਵੱਲੋਂ ਵੀ ਕੁਛ ਨਹੀਂ ਕੀਤਾ ਗਿਆ, ਪਰ ਤਸਵੀਰਾਂ ਬਲੌਂਗੀ ਦੀਆਂ ਜਿਹੜੀ ਕਿ ਮੋਹਾਲੀ ਦੇ ਵਿੱਚ ਪੈਂਦਾ ਏ, ਅਤੇ ਨਿਊਜ਼ 18 ਦੇ ਕੋਲ ਐਕਸਕਲੂਸਿਵ ਸੀਸੀਟੀਵੀ ਤਸਵੀਰਾਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਮ ਦੇ ਅੰਦਰ ਕੁਝ ਨੌਜਵਾਨ ਵੜਦੇ ਨੇ, ਅਤੇ ਦੂਜੇ ਇੱਕ ਹੋਰ ਪਿੱਛੇ ਪਿੱਛੇ ਸਰਦਾਰ ਨੌਜਵਾਨ ਭੱਜਦਾ ਹੋਇਆ ਆਉਂਦਾ ਹੈ ਅਤੇ ਉਹਨਾਂ ਨੌਜਵਾਨਾਂ ਨੂੰ ਇਕੱਠਾ ਕਰਕੇ ਬਾਹਰ ਲੈ ਜਾਂਦਾ ਹੈ, ਜਿਵੇਂ ਕਿ ਲੜਾਈ ਹੋ ਗਈ ਹੋਵੇ। ਉਸੇ ਤਰੀਕੇ ਦੇ ਨਾਲ ਹੀ ਜਿਵੇਂ ਸਰਦਾਰ ਨੌਜਵਾਨ ਅਤੇ ਉਸਦੇ ਸਾਥੀ ਬਾਹਰ ਪਹੁੰਚਦੇ ਨੇ, ਦੂਜੀ ਧਿਰ ਉਹਨਾਂ 'ਤੇ ਹਮਲਾ ਕਰ ਦਿੰਦੀ ਹੈ ਅਤੇ ਆਪਸ ਦੇ ਵਿੱਚ ਲੜਨ ਲੱਗ ਜਾਂਦੇ ਨੇ। ਤਾਂ I-20 ਕਾਰ ਦੇ ਵਿੱਚ ਆਏ ਸੀ 8 ਤੋਂ 10 ਯੁਵਕ, ਜਿਮ ਦੇ ਬਾਹਰ 7 ਤੋਂ 8 ਫਾਇਰ ਕੱਢੇ ਗਏ। ਪੁਲਿਸ ਦੇ ਮੁਤਾਬਕ 10 ਫਾਇਰ ਕੱਢੇ ਗਏ ਨੇ, ਅਤੇ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਥੱਪੜੋ ਥੱਪੜੀ ਹੋਏ ਨੇ ਇਹ ਨੌਜਵਾਨ। ਤਾਂ ਦੇਖੋ ਇਹ ਤਸਵੀਰਾਂ, ਐਕਸਕਲੂਸਿਵ ਤਸਵੀਰਾਂ ਜੋ ਮੋਹਾਲੀ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਸਕੂਲ ਤੋਂ ਚੱਲੀ ਆ ਰਹੀ ਕਿੜ 7 ਸਾਲਾਂ ਬਾਅਦ ਕੱਢੀ ਗਈ ਹੈ। ਇੱਕ ਨਾ ਫਾਇਰਿੰਗ ਜਿਹੜੀ ਹੋਈ ਸੀਗੀ 16-17 ਦੀ, ਜਿਹੜੀ ਦਰਮਿਆਨੀ ਰਾਤ ਹੈ, ਉਸਨੂੰ ਫਾਇਰਿੰਗ ਦੀ ਘਟਨਾ ਸਾਡੇ ਸਾਹਮਣੇ ਆਈ ਸੀਗੀ ਜੀ, ਜਿਸ 'ਤੇ ਅਸੀਂ ਐਕਸ਼ਨ ਲੈਂਦੇ ਹੋਏ FIR ਦਰਜ ਕੀਤੀ। ਇਹ ਮਾਮਲਾ ਇੱਕ ਧਰਮਵੀਰ ਸਿੰਘ ਸਨ ਆਫ ਬਲਵਿੰਦਰ ਸਿੰਘ ਅਤੇ ਦੂਸਰਾ ਜਿਹੜਾ ਮੁੰਡਾ ਹੈਗਾ ਰਾਜਪ੍ਰੀਤ ਸਿੰਘ ਸਨ ਆਫ ਕਸ਼ਮੀਰ ਸਿੰਘ, ਜੋ ਕਿ ਆਪਣੀ I-20 ਕਾਰ ਵਿੱਚ ਇੱਥੇ ਕੋਈ ਗੱਲਬਾਤ ਜਿਹੜੀ ਇਹਨਾਂ ਦੀ ਕਾਰ ਸੁਣੀ, ਗੁਰਜੋਤ ਸਿੰਘ ਸਨ ਆਫ ਅਰਸ਼ਪ੍ਰੀਤ ਸਿੰਘ ਜੋ ਕਿ ਕੰਬਾਲੀ ਪਿੰਡ ਦੇ ਰਹਿਣ ਵਾਲੇ ਨੇ ਜੀ, ਉਹਨਾਂ ਦੇ ਨਾਲ ਇਹਨਾਂ ਦਾ ਕੋਈ ਗੱਲਬਾਤ ਹੋ ਗਈ ਸੀਗੀ 15-4-2024 ਨੂੰ 68 ਸੈਕਟਰ ਦੇ ਬਾਹਰ, ਅਤੇ ਉਸਦੇ ਰਾਜ਼ੀਨਾਮੇ ਦੇ ਸੰਬੰਧ ਵਿੱਚ ਇਹ ਇੱਥੇ ਗਏ ਸੀਗੇ। ਅਤੇ ਜਦੋਂ ਇਹ ਉੱਥੇ ਪੁੱਜੇ ਨੇ ਜੀ, ਦੋ ਗੱਡੀਆਂ ਵਿੱਚ ਸਵਾਰ ਹੋ ਕੇ ਕੁਛ ਲੋਕ ਉੱਥੇ ਆਏ ਨੇ, ਜੋ ਕਿ ਇਹਨਾਂ ਦੀ ਗੱਡੀ ਖੋਲ੍ਹਣ ਤੋਂ ਪਹਿਲਾਂ ਹੀ, ਥੱਲੇ ਉਤਰਨ ਤੋਂ ਪਹਿਲਾਂ ਹੀ ਇਹਨਾਂ 'ਤੇ ਫਾਇਰ ਕਰ ਦਿੰਦੇ ਨੇ ਜੀ, ਅਤੇ ਫਾਇਰ ਕਰਕੇ ਉੱਥੋਂ ਮੌਕੇ ਤੋਂ ਭੱਜ ਜਾਂਦੇ ਨੇ। ਹਾਂ, ਇਸ ਵਿੱਚ ਟੋਟਲ ਜਿਹੜੀ ਗੱਡੀ 'ਤੇ ਜਿਹੜੀ ਫਾਇਰਿੰਗ ਹੋਈ ਹੈ ਜੀ, 3 ਗੋਲੀਆਂ ਉੱਥੇ ਲੱਗੀ ਵੀ ਸਾਨੂੰ ਮਿਲੀ ਹੈ ਗੱਡੀ 'ਤੇ, 2 ਡਰਾਈਵਰ ਸਾਈਡ, 1 ਕੰਡਕਟਰ ਸਾਈਡ ਤਾਕੀ 'ਤੇ। ਅਤੇ ਇਸ ਵਿੱਚ ਆਪਾਂ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਜੀ, ਜੋ ਕਿ ਗੁਰਜੋਤ ਸਿੰਘ ਹੈਗਾ, ਜੋ ਕੰਬਾਲੀ ਪਿੰਡ ਦਾ ਰਹਿਣ ਵਾਲਾ ਹੈ ਜੀ। ਇਸ ਵਿੱਚ ਐਜ ਪਰ ਦਾ ਸਟੇਟਮੈਂਟ ਆਫ ਦਾ ਧਰਮਵੀਰ ਸਿੰਘ ਐਂਡ ਰਾਜਪ੍ਰੀਤ ਸਿੰਘ, ਇਹਨਾਂ ਨੇ ਦੱਸਿਆ ਵੀ ਇਹ ਕੁੱਲ 7-8 ਹੋਰ ਵਿਅਕਤੀ ਸੀਗੇ, 2 ਇਹਨਾਂ ਦਾ ਨਾਮ ਲਿਖਾ ਤਾ, ਕਰੀਬ 10 ਦੇ ਕਰੀਬ ਬੰਦੇ ਸੀਗੇ ਜੀ। ਇਸ ਵਿੱਚ ਸਾਡੀ ਤਫਤੀਸ਼ ਦੇ ਮੁਤਾਬਕ 2 ਅਸਲਿਆਂ ਦਾ ਤਾਂ ਸਾਨੂੰ ਪਤਾ ਲੱਗ ਰਿਹਾ ਜੀ, ਕਿਉਂਕਿ ਖੋਲ ਜਿਹੜੇ ਹੈਗੇ ਆ, ਇੱਕ 9 mm ਦੇ ਨੇ, 2 ਖੋਲ, ਮਤਲਬ ਇੱਕ ਗੋਲੀ ਮਿਲੀ ਹੈ ਅਤੇ ਇੱਕ ਖੋਲ ਮਿਲਿਆ ਉਸਦਾ 9 mm ਦਾ, ਅਤੇ ਦੂਸਰੇ ਜਿਹੜੇ ਹੈਗੇ ਆ 4 ਖੋਲ ਜਿਹੜੇ ਮਿਲੇ ਆ, ਉਹ ਸਾਨੂੰ 32 ਬੋਲ ਦੇ ਨੇ ਮਿਲੇ। ਨਹੀਂ, ਜ਼ਖਮੀ ਨਹੀਂ ਹੋਇਆ ਜੀ। ਟੋਟਲ 6 ਰਾਊਂਡ ਫਾਇਰ ਹੋਏ ਨੇ ਜੀ, ਇੱਕ ਮਿਸ ਫਾਇਰ ਜਾਪਦਾ ਲੱਗਦਾ, ਕਿਉਂਕਿ ਜਿਹੜੀ ਗੋਲੀ ਆਪਾਂ ਨੂੰ ਮਿਲੀ ਉਹ ਸਾਬਤ ਨੇ, ਸਾਬਤ ਹੈ ਜੀ।
ਜਾਨੋਂ ਦੇ ਦੇਖੋ ਜਿਹੜੀ ਤਾਕੀ ਤੇ ਗੱਡੀ ਜਿਹੜੀ ਗੋਲੀਆਂ ਲੱਗੀਆਂ ਉਹ ਤਾਕੀ ਤੇ ਲੱਗੀਆਂ ਨੇ ਜੀ, ਤੇ ਤਾਕੀ ਤੇ ਉਹ ਗੋਲੀ ਵੱਜ ਵੀ ਸਕਦੀ ਸੀ, ਉਹ ਗੋਲੀ ਵੱਜ ਵੀ ਸਕਦੀ ਸੀਗੀ ਉਹਨਾਂ ਤੋਂ ਜੀ। ਇਹ ਆਪਾਂ 307 IPC 336 341 148 49 2527 ਸਾਮ ਸੈਕ ਦੇ ਤਹਿਤ ਆਪਾਂ ਪਰਚਾ ਦਰਜ ਕੀਤਾ ਹੋਇਆ ਜੀ। ਹਾਂਜੀ ਆਪਾਂ ਕਰਾਂਗੇ ਜੀ, ਅੱਜ ਕਰਾਂਗੇ। ਨਹੀਂ ਫਿਲਹਾਲ ਗੈਂਗ ਦਾ ਕੋਈ ਨਹੀਂ ਪਤਾ ਲੱਗ ਰਿਹਾ ਇਸ ਵਿੱਚ ਲੱਗਿਆ ਹੈ ਆਪਾਂ ਨੂੰ। ਇਹ ਥੋੜ੍ਹਾ ਆਪਾਂ ਨੂੰ ਪਤਾ ਲੱਗਿਆ ਜਿਹੜਾ ਗੁਰਜੋਤ ਸਿੰਘ ਹੈ, ਜਿਹੜਾ ਆਪਾਂ ਬੰਦਾ ਗ੍ਰਿਫਤਾਰ ਕੀਤਾ ਇਸ ਵਿੱਚ, ਇਸਦੀ ਉਮਰ 25 ਸਾਲ ਹੈਗੀ ਹੈ, ਕੰਬਾਲੀ ਪਿੰਡ ਦਾ ਰਹਿਣ ਵਾਲਾ ਹੈ। ਅਤੇ ਇਸਦਾ ਜਿਹੜਾ ਜੋ FIR ਦੇ ਵਿੱਚ ਇਸਦਾ ਦੋ ਸਹਿ ਦੋਸ਼ੀ ਹੈ ਜੀ ਹਰਪ੍ਰੀਤ ਸਿੰਘ, ਉਹ ਵੀ ਕੰਬਾਲੀ ਪਿੰਡ ਦਾ ਹੀ ਰਹਿਣ ਵਾਲਾ ਹੈ। ਇਹ ਐਕਚੁਅਲੀ ਦਰਮਵੀਰ ਸਿੰਘ ਦੇ ਕਲਾਸਮੇਟ ਦੱਸੇ ਜਾ ਰਹੇ ਨੇ ਜੀ, ਜੋ ਕਿ ਸੰਤ ਈਸ਼ਰ ਸਿੰਘ ਸਕੂਲ ਸੈਕਟਰ 70 ਵਿੱਚ ਜਿਹੜਾ ਸਕੂਲ ਹੈਗਾ ਉਸ ਵਿੱਚ ਇਹ 2017 ਤੱਕ ਇਕੱਠੇ ਪੜ੍ਹੇ ਨੇ ਜੀ। ਉਦੋਂ ਤੋਂ ਇਹਨਾਂ ਦੀ ਮਾੜੀ ਮੋਟੀ ਇਹਨਾਂ ਦੇ ਵਿੱਚ ਕੋਈ ਖਿੱਚਾਤਾ ਨਹੀਂ ਹੈਗੀ ਹੈ ਜੀ ਇਸ ਚੀਜ਼ ਨੂੰ ਲੈ ਕੇ। ਇਹਨਾਂ ਦਾ ਜੋ 15/4/2024 ਨੂੰ ਉੱਥੇ ਝਗੜਾ ਵੀ ਹੋਇਆ ਸੀਗਾ 68 ਵਿੱਚ,